ਹਾਂਜੀ ਸਟੂਡੈਂਟਸ, ਪੰਜਾਬੀ ਸਾਹਿਤ ਦਾ ਆਧੁਨਿਕ ਜਿਹੜਾ ਸਾਹਿਤ ਆ ਉਹ ਕਰ ਰਹੇ ਹਾਂ ਅਸੀਂ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜਾ ਨਿਬੰਧ ਅਤੇ ਸਫ਼ਰਨਾਮੇ ਬਾਰੇ ਚਰਚਾ ਕੀਤੀ ਆ। ਇਸ ਵੀਡੀਓ ਦੇ ਵਿੱਚ ਅਸੀਂ ਜੀਵਨੀ ਅਤੇ ਸਵੈ ਜੀਵਨੀ ਬਾਰੇ ਚਰਚਾ ਕਰਾਂਗੇ। ਮਹੱਤਵਪੂਰਨ ਗੱਲਾਂ ਨੇ ਜਿਹੜੀਆਂ ਉਹ ਕਰਾਂਗੇ। ਐਂਡ ਤੱਕ ਤੁਸੀਂ ਵੀਡੀਓ ਦੇਖਣੀ ਆ, ਜੇ ਕਨਸੈਪਟ ਕਲੀਅਰ ਕਰਨਾ ਹੈ, ਜਿਹੜੇ MCQs ਨੇ ਉਹਨਾਂ ਦੇ ਆਧਾਰ 'ਤੇ ਜਿਹੜੀਆਂ ਜਾਣਕਾਰੀ ਆ ਤੁਹਾਨੂੰ ਦਿੱਤੀ ਜਾਊਗੀ। MCQs ਨੇ ਜਿਹੜੇ ਉਹਨਾਂ ਦੇ ਵਿੱਚੋਂ ਆਉਂਦੇ ਹੁੰਦੇ ਨੇ। ਥਿਊਰੀ ਪਾਰਟ ਦੀਆਂ ਵੀਡੀਓਜ਼ ਦੇਖਣ ਨਾਲ ਹੀ ਜਿਹੜਾ MCQs ਨੇ ਤੁਸੀਂ ਕਲੀਅਰ ਕਰ ਸਕਦੇ ਹੋ, ਇਸ ਲਈ ਥਿਊਰੀ ਪਾਰਟ ਦੀਆਂ ਵੀਡੀਓਜ਼ ਜ਼ਰੂਰ ਦੇਖੋ। MCQs ਨਾਲ ਦਿੱਤੇ ਹੋਏ ਨੇ, ਉਹਨਾਂ ਨੂੰ ਵੀ ਅਸੀਂ ਸੋਲਵ ਕਰਾਂਗੇ। ਜੀਵਨੀ ਕਿਸੇ ਮਹਾਨ ਭਾਵੀ ਵਿਅਕਤੀ ਜਾਂ ਅਸਧਾਰਨ ਵਿਅਕਤੀ ਦੇ ਜੀਵਨ ਵਰਤਾਂਤ ਬਾਰੇ ਕਿਸੇ ਹੋਰ ਲੇਖਕ ਦੁਆਰਾ ਲਿਖੀ ਜਾਂਦੀ ਹੈ। ਉੱਥੇ ਸਵੈ ਜੀਵਨੀ ਲਿਖਣ ਵਾਲੇ ਲੇਖਕ ਦੇ ਆਪਣੇ ਜੀਵਨ ਵਰਤਾਂਤ 'ਤੇ ਆਧਾਰਿਤ ਹੁੰਦੀ ਹੈ। ਮੀਨਸ ਜਿਹੜੀ ਜੀਵਨੀ ਹੁੰਦੀ ਆ ਉਹ ਮਹਾਨ ਵਿਅਕਤੀ ਦੀ ਜਾਂ ਜਿਹਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੈ ਜਾਂ ਜਿਸ ਤਰ੍ਹਾਂ ਵੀ ਕੋਈ ਪ੍ਰਭਾਵਸ਼ਾਲੀ ਵਿਅਕਤੀ ਆ ਉਸ ਦੀ ਜਿਹੜੀ ਲਾਈਫ ਦੀ ਹਿਸਟਰੀ ਆ ਉਹ ਦੂਜੇ ਦੁਆਰਾ ਲਿਖੀ ਜਾਂਦੀ ਹੈ। ਸਵੈ ਜੀਵਨੀ ਮੀਨਸ ਉਸ ਦੀ ਲਾਈਫ ਦੀ ਹਿਸਟਰੀ ਆ ਜਿਹੜੀ ਉਹ ਉਹਦੇ ਆਪਣੇ ਦੁਆਰਾ ਹੀ ਲਿਖੀ ਜਾਂਦੀ ਹੈ। ਸਵੈ ਜੀਵਨੀ ਵਿੱਚ ਲੇਖਕ ਖੁਦ ਦੇ ਚਰਿੱਤਰ ਵਿਚਲੇ ਔਗਣਾਂ ਨੂੰ ਵੀ ਨੰਗਿਆ ਕਰਦਾ ਹੈ। ਉੱਥੇ ਜੀਵਨੀ ਵਿੱਚ ਨਾਇਕ ਦੇ ਚਰਿੱਤਰ ਅਤੇ ਵਧੀਆ ਪੱਖਾਂ ਦਾ ਹੀ ਵਰਣਨ ਕੀਤਾ ਜਾਂਦਾ। ਇਹ ਡਿਫਰੈਂਸ ਆ ਦੋਨਾਂ ਦੇ ਵਿੱਚ। ਪੰਜਾਬੀ ਜੀਵਨੀ ਸਾਹਿਤ ਦੀਆਂ ਜੜ੍ਹਾਂ ਜਨਮ ਸਾਖੀ ਪਰੰਪਰਾ ਵਿੱਚ ਮੌਜੂਦ ਨੇ। ਅਸੀਂ ਜਨਮ ਸਾਖੀਆਂ ਦੀਆਂ ਜਿਹੜੀ ਚਰਚਾ ਕੀਤੀ ਸੀ ਪਿਛਲੀਆਂ ਵੀਡੀਓਜ਼ ਦੇ ਵਿੱਚ, ਤਾਂ ਪੰਜਾਬੀ ਜੀਵਨੀ ਹੈ ਜਿਹੜੀ ਉਹ ਜਨਮ ਸਾਖੀ ਦੇ ਵਿੱਚੋਂ ਹੀ ਨਿਕਲੀ ਮੰਨੀ ਜਾਂਦੀ ਹੈ। ਕਾਰਲਾਇਲ ਜੀਵਨੀ ਦੀ ਤੁਲਨਾ ਇਤਿਹਾਸ ਨਾਲ ਕਰਦਾ ਹੈ। ਜੀਵਨੀ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਕਿਸੇ ਵਿਅਕਤੀ ਦੇ ਜੀਵਨ ਦੀਆਂ ਗਤੀਵਿਧੀਆਂ ਨੂੰ ਸੁਚੇਤ ਰੂਪ ਨਾਲ ਕਲਾਤਮਕ ਢੰਗ ਨਾਲ ਲਿਪੀਬੱਧ ਕੀਤਾ ਗਿਆ ਹੈ ਕੀਤਾ ਗਿਆ ਹੋਵੇ ਅਤੇ ਉਸਦੇ ਵਿਅਕਤੀਤਵ ਨੂੰ ਪੁਨਰ ਸਿਰਜਿਤ ਕੀਤਾ ਗਿਆ ਹੋਵੇ। ਸਵੈ ਜੀਵਨੀ ਗਦ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਲੇਖਕ ਆਪਣੇ ਆਪ ਦਾ, ਆਪਣੇ ਨਿੱਜੀ ਅਨੁਭਵਾਂ ਦਾ ਵਰਣਨ ਕਰਦਾ ਹੈ। ਆਪੇ ਦਾ ਚਿਤਰਣ ਸਵੈ ਜੀਵਨੀ ਵਿੱਚ ਹੁੰਦਾ ਹੈ। ਪੰਜਾਬੀ ਸਾਹਿਤ ਵਿੱਚ ਜੀਵਨੀ ਲਿਖਣ ਦਾ ਆਰੰਭ ਧਾਰਮਿਕ ਵਿਅਕਤੀਆਂ ਦੇ ਜੀਵਨ ਦਰਸਾਉਣ ਤੋਂ ਸ਼ੁਰੂ ਹੋਇਆ। ਇਸ ਪ੍ਰਵਿਰਤੀ ਅਧੀਨ ਭਾਈ ਵੀਰ ਸਿੰਘ ਨੇ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਅਤੇ ਅਸ਼ਟ ਗੁਰੂ ਚਮਤਕਾਰ ਆਦਿ ਜੀਵਨੀਆਂ ਲਿਖ ਕੇ ਜੀਵਨੀ ਸਾਹਿਤ ਦਾ ਮੁੱਢ ਬੰਨਿਆ। ਮੀਨਸ ਭਾਈ ਵੀਰ ਸਿੰਘ ਤੋਂ ਅਸੀਂ ਮੰਨਦੇ ਹਾਂ ਕਿ ਜੀਵਨੀ ਸਾਹਿਤ ਦੀ ਜਿਹੜਾ ਆਧੁਨਿਕ ਜਿਹੜੀ ਕਲਾ ਹੈ ਉਹ ਮੁੱਢੋਂ ਬੱਝਿਆ ਉਹਦਾ। ਮਾਸਟਰ ਤਾਰਾ ਸਿੰਘ ਦੀ ਜੀਵਨੀ ਦੁਰਲਭ ਸਿੰਘ ਨੇ ਨਿਰਭੈ ਯੋਧਾ ਨਾਂ ਅਧੀਨ ਲਿਖੀ। ਵਾਹ ਪ੍ਰਗਟਿਓ ਮਰਦ ਅਗਮਣਾ ਸਿਰਲੇਖ ਅਧੀਨ ਕੁਲਦੀਪ ਸਿੰਘ ਧੀਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਲਿਖੀ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪਰਮ ਮਨੁੱਖ ਸਿਰਲੇਖ ਅਧੀਨ ਗੁਰੂ ਸਾਹਿਬਾਨ ਬਾਰੇ ਜੀਵਨ ਪਰਕ ਲੇਖਾਂ ਦੀ ਪੁਸਤਕ ਲਿਖੀ। ਪੰਜਾਬੀ ਨਾਟਕ ਦੀ ਨੱਕੜ ਦਾਦੀ ਜੀਵਨੀ ਵਿੱਚ ਬਲਵੰਤ ਗਾਰਗੀ ਨੇ ਨੌਰਾ ਰਿਚਰਡਸ ਦੇ ਜੀਵਨ ਵਰਤਾਂਤ ਬਾਰੇ ਦੱਸਿਆ। ਸਵੈ ਜੀਵਨੀ ਨੂੰ ਅੰਗਰੇਜ਼ੀ ਵਿੱਚ ਆਟੋਬਾਇਓਗ੍ਰਾਫੀ ਆਖਦੇ ਨੇ। ਸਵੈ ਜੀਵਨੀ ਵਾਰਤਕ ਰੂਪ ਆਤਮ ਕੇਂਦਰਿਤ ਹੈ। ਪੰਜਾਬੀ ਸਵੈ ਜੀਵਨੀ ਦਾ ਆਰੰਭ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ RC 1952 ਤੋਂ ਹੋਇਆ ਮੰਨਿਆ ਜਾਂਦਾ ਹੈ। ਕਈ ਨਾਨਕ ਸਿੰਘ ਦੀ ਮੇਰੀ ਦੁਨੀਆ ਤੋਂ ਮੰਨਦੇ ਨੇ।
ਆਰਸੀ ਇੱਕ ਲੋਕ ਗਹਿਣਾ ਵੀ ਹੈ। ਮੇਰੀ ਦੁਨੀਆ 1959 ਦੇ ਵਿੱਚ ਨਾਵਲਕਾਰ ਨਾਨਕ ਸਿੰਘ ਦੀ ਸਵੈ ਜੀਵਨੀ ਆ। ਇਸ ਸਵੈ ਜੀਵਨੀ ਨੂੰ ਪੜ੍ਹ ਕੇ ਨਾਨਕ ਸਿੰਘ ਦੇ ਨਾਵਲਾਂ ਵਿਚਲੇ ਪਾਤਰਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਸਵੈ ਜੀਵਨੀ 3 ਭਾਗਾਂ ਵਿੱਚ ਲਿਖੀ। ਮੇਰੀ ਜੀਵਨ ਕਹਾਣੀ 1959 ਦੇ ਵਿੱਚ, ਮੰਜ਼ਿਲ ਦਿਸ ਪਈ 1964 'ਚ, ਅਤੇ ਮੇਰੀ ਜੀਵਨ ਕਹਾਣੀ 1978 ਦੇ ਵਿੱਚ। ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਸਵੈ ਜੀਵਨੀ ਅੰਗਰੇਜ਼ੀ ਵਿੱਚ ਓਨ ਦਾ ਪਾਸ ਆਫ ਲਾਈਫ ਸਿਰਲੇਖ ਅਧੀਨ ਰਚੀ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜ਼ਿੰਦਗੀ ਦੇ ਰਾਹਾਂ ਦੇ ਸਿਰਲੇਖ ਅਧੀਨ ਇਸਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਨਾਨਕ ਸਿੰਘ ਦੀ ਸਵੈ ਜੀਵਨੀ ਇੱਕ ਤਰ੍ਹਾਂ ਨਾਲ ਉਸਦੇ ਨਾਵਲਾਂ ਦਾ ਸਾਹਿਤਕ ਇਤਿਹਾਸ ਹੈ। ਪ੍ਰਸਿੱਧ ਫਿਲਮੀ ਕਲਾਕਾਰ ਬਲਰਾਜ ਸਾਹਨੀ ਨੇ ਆਪਣੀ ਸਵੈ ਜੀਵਨੀ ਮੇਰੀ ਫਿਲਮੀ ਆਤਮ ਕਥਾ ਸਿਰਲੇਖ ਅਧੀਨ ਰਚੀ। ਮਿਲਖਾ ਸਿੰਘ ਨੇ ਆਪਣੀ ਸਵੈ ਜੀਵਨੀ ਫਲਾਇੰਗ ਸਿੱਖ ਮਿਲਖਾ ਸਿੰਘ ਰਚੀ। ਔਰਤ ਲੇਖਕਾਵਾਂ ਵਿੱਚ ਰਸੀਦੀ ਟਿਕਟ ਲਿਖ ਕੇ ਅੰਮ੍ਰਿਤਾ ਪ੍ਰੀਤਮ ਨੇ ਪਹਿਲ ਕੀਤੀ। 1976 ਵਿੱਚ ਪ੍ਰਕਾਸ਼ਿਤ ਇਹ ਜਿਹੜੀ ਸਵੈ ਜੀਵਨੀ ਸੀ ਉਹ ਔਰਤ ਲੇਖਕਾਂ ਦੁਆਰਾ ਲਿਖੀ ਪਹਿਲੀ ਸਵੈ ਜੀਵਨੀ ਸੀ। ਦਲੀਪ ਕੌਰ ਟਿਵਾਣਾ ਨੇ ਨੰਗੇ ਪੈਰਾਂ ਦਾ ਸਫ਼ਰ 1980 ਵਿੱਚ ਪ੍ਰਕਾਸ਼ਿਤ ਕਰਵਾਈ। ਅਜੀਤ ਕੌਰ ਨੇ ਖਾਨਾ ਬਦੋਸ਼ ਸਿਰਲੇਖ ਅਧੀਨ ਆਪਣੀ ਸਵੈ ਜੀਵਨੀ 1982 ਵਿੱਚ ਛਪਵਾਈ। ਕੂੜਾ ਕਬਾੜਾ ਨਾਂ ਹੇਠ ਉਸਦੀ ਸਵੈ ਜੀਵਨੀ ਦਾ ਦੂਜਾ ਭਾਗ ਵੀ ਛਪ ਚੁੱਕਾ ਹੈ। ਬੰਚਿਤ ਕੌਰ ਨੇ ਪਗਡੰਡੀਆਂ ਸਿਰਲੇਖ ਅਧੀਨ ਸਵੈ ਜੀਵਨੀ ਰਚੀ। ਬਲਵੰਤ ਗਾਰਗੀ ਨੇ ਨੰਗੀ ਧੁੱਪ 1980 ਅਤੇ ਕਾਸ਼ਨੀ ਵਿਹੜਾ ਨਾਂ ਦੇ ਅਧੀਨ 2 ਸਵੈ ਜੀਵਨੀਆਂ ਰਚੀਆਂ। ਬਣਜਾਰਾ ਬੇਦੀ ਨੇ 4 ਸਵੈ ਜੀਵਨੀ ਮੂਲਕ ਰਚਨਾਵਾਂ ਅੱਧੀ ਮਿੱਟੀ ਅੱਧਾ ਸੋਨਾ 1979, ਮੇਰਾ ਰਾਹਾਂ ਦੇ ਰੰਗ 1982, ਮੇਰਾ ਨਾਨਕਾ ਪਿੰਡ 1984 ਅਤੇ ਗਲੀਏ ਚਿੱਕੜ ਦੂਰ ਕਰੀ 1985 ਵਿੱਚ ਰਚੀਆਂ। ਮਹਿੰਦਰ ਸਿੰਘ ਰੰਧਾਵਾ ਦੀ ਆਪ ਬੀਤੀ, ਹਰਭਜਨ ਸਿੰਘ ਚੌਲਾ ਟਾਕੀਆ ਵਾਲਾ, ਕਰਤਾਰ ਸਿੰਘ ਦੁੱਗਲ ਦੀ ਸਵੈ ਜੀਵਨੀ ਕਿਸ ਪੈ ਖੋਲੂ ਗੰਠੜੀ, ਪ੍ਰਸਿੱਧ ਪੰਜਾਬੀ ਸਵੈ ਜੀਵਨੀਆਂ ਰਚਨਾਵਾਂ ਹਨ। ਕਿਸ ਪੋ ਖੋਲ ਗੰਠੜੀ ਦੇ 160 ਕਾਂਡ ਹਨ। ਸੰਤ ਸਿੰਘ ਸੇਖੋ ਦੀ ਸਵੈ ਜੀਵਨੀ ਉਮਰਾਂ ਦਾ ਪੰਧ 2 ਭਾਗਾਂ ਵਿੱਚ ਪ੍ਰਕਾਸ਼ਿਤ ਹੋਈ। ਤਾਂ ਇਹ ਸੀਗਾ ਜੀਵਨੀ ਅਤੇ ਸਵੈ ਜੀਵਨੀ ਬਾਰੇ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਆ ਜਿਹੜੀ ਉਹ ਸਮਝ ਆਉਂਦੀ ਹੋਊਗੀ ਅਤੇ ਤੁਹਾਨੂੰ ਫਾਇਦਾ ਮਿਲੂਗਾ। ਇਸ ਨੂੰ ਪੜ੍ਹ ਕੇ, ਸੁਣ ਕੇ ਅੰਡਰਸਟੈਂਡ ਕਰੋਗੇ ਅਤੇ ਆਪਣੇ ਪੇਪਰ ਦੀ ਆ ਜਿਹੜੀ ਉਹ ਚੰਗੀ ਤਰ੍ਹਾਂ ਤਿਆਰੀ ਕਰ ਸਕੋਗੇ। ਮਿਲਦੇ ਹਾਂ ਫਿਰ ਨੈਕਸਟ ਟੌਪਿਕ ਦੇ ਨਾਲ। ਓਕੇ, ਥੈਂਕਸ।